देखो बेसिकली तो सेंट्रल गवर्नमेंट जट्टा नू खत्म करना चाहती है, होर कोई एम नहीं। एक जड़ा जट्टा का अंदोलन है प्रेशराइज करन लई कि एंड सैकेंडली उन्हों का एम ही है कि असी जट्टा नू किदां तंग करिए हैरस करिए कि जट खत्म हो जाए। उन्होंने जिहड़ा फरमान जारी किया उहदे विच इह लिखिआ है कि ज़्यादा बरसात होण कारण हरियाणा ते पंजाब दीआं फसलां च नमी हैगी आ ते किसान इस नू लै के खराब होणगे मंडियां दे विच, की सोचदे? जे मैनूं इह गल दसो, इह हर साल 1 अक्तूबर नूं परचेज शुरू होंदी है इधर। हुण असीं जिहड़ी प्लांटेशन कीती उह अकॉर्डिंग टू 1 तरीक दे कीती दी है। तुसीं किदां कहिंदे हो कि नमी आ गई उहदे विच? दैट मीनस तुसीं उत्थे बैठे जो तुसीं कहिंदे हो ठीक है, बाकी जो है सब गलत है। तुसीं उहनूं किदां जस्टिफाई कर सकदे हो? ਫਿਰ ਇਹਨਾਂ 10 ਦਿਨਾਂ ਨੂੰ ਲੈ ਕੇ ਕੀ ਕਹੋਗੇ ਵੀ ਜਿਹੜੇ 10 ਦਿਨ ਕਿਸਾਨਾਂ ਨੂੰ ਉਡੀਕਣਾ ਪਏਗਾ? ਮੈਂ ਕਹਿੰਦਾ ਮੋਦੀ ਆ ਕੇ ਇੱਥੇ ਬੈਠੇ, ਉਹਨਾਂ ਜੱਟਾਂ ਦੇ ਨਾਲ ਬੈਠੇ ਆ ਕੇ ਉਹਨੂੰ ਪਤਾ ਲੱਗੇ ਕਿ ਕੀ ਭਾਅ ਵਿਕਦੀ ਹੈ, ਕਿੱਦਾਂ ਦੁਨੀਆ ਚੱਲਦੀ ਹੈ। ਉੱਥੇ ਅੰਦਰ AC ਕਮਰਿਆਂ 'ਚ ਬਹਿ ਕੇ ਅਤੇ ਉਹ ਆਪਣੇ ਜੋ ਦਿਲ ਕਰਦਾ ਫਰਮਾਨ ਜਾਰੀ ਕਰੀ ਜਾਂਦੇ ਨੇ। ਪੰਜਾਬ ਦੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ, ਮੁੱਖ ਮੰਤਰੀ ਨੂੰ ਜਾਂ ਮੰਤਰੀਆਂ ਨੂੰ? ਪੰਜਾਬ ਦੀ ਸਰਕਾਰ ਨੂੰ ਜਿਹੜੀ ਉਹਨਾਂ ਦੇ ਹੱਥ ਹੀ ਨਹੀਂ ਹੈਗਾ ਉਹਨਾਂ ਨੂੰ ਕੀ ਕਹਿ ਸਕਦੇ ਹੋ? ਐਂਡ ਸੈਕਿੰਡਲੀ ਦੇ ਸ਼ੁੱਡ ਫਾਈਟ ਫੋਰ ਇਟ ਕਿ ਅਸੀਂ ਦੇਖੋ ਤੁਸੀਂ ਜੱਟਾਂ ਨੂੰ ਤੰਗ ਕਰਦੇ ਪਏ ਹੋ, ਪੰਜਾਬ ਸਰਕਾਰ ਫਾਈਟ ਕਰੇ, ਕੁਛ ਨਾ ਕੁਛ ਤਾਂ ਕਰੇ ਨਾ। ਜੇ ਇਹ ਵੀ ਅੰਦਰ ਉਹ ਸਿੱਧੂ ਹੈ, ਉਹ ਮੈਂ ਕਦੀ ਟੱਪ ਕੇ ਐਂ ਨੂੰ ਤੁਰ ਪੈਂਦਾ, ਕਦੀ ਐਂ ਨੂੰ ਤੁਰ ਪੈਂਦਾ, ਕੋਈ ਸਟੈਂਡ ਹੀ ਹੈ ਨਹੀਂ ਉਸ ਬੰਦੇ ਦਾ। ਤੁਸੀਂ ਬੇਸਿਕਲੀ ਜੱਟਾਂ ਨੂੰ ਬਰਬਾਦ ਕਰਨ ਡੇ ਹੋ, ਸਾਰੀਆਂ ਗਵਰਨਮੈਂਟਸ ਇਰਰਿਸਪੈਕਟਿਵ ਸੈਂਟਰ ਹੋਏ ਸਟੇਟ ਹੋਏ। ਫਰਮਾਨ ਕੀ ਲੱਗਦਾ ਵੀ ਜਿਹੜੀ ਹੁਣ ਫਸਲ ਪੱਕੀ ਹੈ ਇਸ ਟਾਈਮ 'ਤੇ, ਜੇ ਮਹਾਰਾਜ ਨਾ ਕਰੇ ਬਰਬਾਦ ਹੋ ਜਾਵੇ ਤਾਂ ਸਰਕਾਰ ਮੁਆਵਜ਼ਾ ਦੇਵੇਗੀ? ਕਿੱਥੇ 11 ਦਿਨ ਲੇਟ ਕੰਮ ਹੋਣ ਡਿਆ ਵਾ, ਕਿ ਜਾਂ ਅੱਜ ਵਧਾਉਣੀ ਆ ਕਿ ਜਾਂ 11 ਦਿਨ ਲੇਟ ਕਰਨੀ ਆ, ਮੁੜ ਕੇ ਮੁਆਵਜ਼ਾ ਕਿੰਨੇ ਦੇਣਾ ਸਰਕਾਰ ਦੇਵੇਗੀ? ਕਦੀ ਨਾ ਦੇਵੇਗੀ। ਅਤੇ ਮਹਾ ਜ਼ਿਮੀਂਦਾਰ ਅਤੇ ਅੱਗੇ ਆਪਣਾ ਟਾਈਮ ਪਾਸ ਕਰਨ ਡਿਆ। ਕੀ ਸੋਚਦੇ ਹੋ ਫਿਰ ਕਿਉਂ ਇੱਦਾਂ ਦਾ ਫਰਮਾਨ ਜਾਰੀ ਕੀਤਾ? ਇਹ ਸਰਕਾਰਾਂ ਦੇ ਮਰ ਜੀ ਕੀ ਹਿਸਾਬ ਦਾ, ਸਰਕਾਰਾਂ ਕੀ ਕਰਨ ਡਈਆਂ? ਜ਼ਿਮੀਂਦਾਰ ਨੂੰ ਤਾਂ ਅੱਗੇ ਥੱਲੇ ਲਾਉਣ ਡਈਆਂ ਵਾ, ਹਰ ਇੱਕ ਪਹਿਲਾਂ ਕਾਲੇ ਕਾਨੂੰਨ ਉਹਨਾਂ ਨੇ ਕਰ ਦਿੱਤੇ ਸੀ ਪਾਸ, ਉਹ 'ਚ ਮਾ ਨਹੀਂ ਕਿ ਪਾਸੇ ਲੱਗਣ ਡਏ, ਅਤੇ ਹੁਣ ਕੀ ਹੈ ਜੀ 11 ਤਰੀਕ ਨੂੰ ਖਰੀਦ ਕਰਨੀ? ਤੁਸੀਂ ਦੱਸੋ ਆਪੇ, ਤੁਸੀਂ ਸਿਆਣੇ ਜੇ, ਕੀ ਕਰਨਗੇ ਲੋਕ? ਇਹ ਫਰਮਾਨ ਕਿਸਾਨਾਂ ਵਾਸਤੇ ਬਹੁਤ ਹੀ ਘਾਤਕ ਆ, ਕਿਉਂਕਿ ਸਰਕਾਰ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਪੱਕ ਕੇ ਤਿਆਰ ਹੋ ਚੁੱਕੀ ਆ, ਕਿਉਂਕਿ ਜੇ ਕਿਸਾਨ ਨਹੀਂ ਵਧਾਉਂਦੇ ਉੱਧਰੋਂ ਮੌਸਮ ਵੀ ਖਰਾਬ ਰਹਿੰਦਾ, ਅਤੇ ਇਸ ਕਰਕੇ ਕਿਸਾਨ ਨੂੰ ਜਿਹੜੀ ਆ ਉਹ ਦੋਹਰੀ ਮਾਰ ਪੈ ਰਹੀ ਆ। ਅੱਗੇ ਕਣਕ ਦੀ ਬਿਜਾਈ ਵੀ ਸ਼ੁਰੂ ਹੋਣੀ ਆ, ਜੇ ਪਪੈਲੀਆਂ ਪਹਿਲਾਂ ਨਹੀਂ ਵਿਹਲੀਆਂ ਹੁੰਦੀਆਂ ਜ਼ਮੀਨਾਂ ਤਾਂ ਕਿਸਾਨ ਨੂੰ ਹੋਰ ਨੁਕਸਾਨ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ। ਇਹ ਜਿਹੜੇ ਫਰਮਾਨ ਆ ਕੇਂਦਰ ਸਰਕਾਰ ਵੱਲੋਂ ਜਿਹੜੇ ਦਿੱਤੇ ਜਾ ਰਹੇ ਆ ਬੜੇ ਘਾਤਕ ਨੇ, ਅਸੀਂ ਇਹਨਾਂ ਦਾ ਬਿਲਕੁਲ ਵਿਰੋਧ ਕਰਦੇ ਹਾਂ, ਅਤੇ ਕਿਸਾਨਾਂ ਪ੍ਰਤੀ ਇਹਨਾਂ ਨੂੰ ਸੋਚਣਾ ਚਾਹੀਦਾ ਵਾ। ਅਤੇ ਅਸੀਂ ਜਿਹੜੇ ਸੰਘਰਸ਼ ਅੰਦੋਲਨ ਕਿਸਾਨਾਂ ਵੱਲੋਂ ਚੱਲ ਰਹੇ ਆ ਉਹਦੇ ਵਿੱਚ ਪੂਰਾ ਯੋਗਦਾਨ ਪਾ ਰਹੇ ਹਾਂ। ਤੁਹਾਨੂੰ ਲੱਗਦਾ ਕਿ ਉਸ ਅੰਦੋਲਨ ਕਰਕੇ ਵੀ ਦਬਾਅ ਬਣਾਇਆ ਜਾ ਰਿਹਾ ਕਿਸਾਨਾਂ? ਉਸ ਅੰਦੋਲਨ ਕਰਕੇ ਵੀ ਕਿਸਾਨਾਂ ਦੇ ਉੱਤੇ ਜਿਹੜਾ ਵਾ ਦਬਾਅ ਬਣਾਇਆ ਜਾ ਰਿਹਾ ਵਾ ਕਿ ਕਿਸਾਨ ਜਿਹੜੇ ਆ ਇਸੇ ਕੰਮਾਂ ਦੇ ਵਿੱਚ ਹੀ ਉਲਝੇ ਰਹਿਣ, ਕਦੀ ਇਸ ਕੰਮ 'ਚ ਉਲਝ ਜਾਣ, ਕਦੀ ਉਸ ਕੰਮ 'ਚ ਉਲਝ ਜਾਣ। ਇਹ ਕੇਂਦਰ ਸਰਕਾਰ ਦਾ ਜਿਹੜਾ ਅਸੀਂ ਡਟ ਕੇ ਵਿਰੋਧ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਕੋਈ ਪ੍ਰੋਗਰਾਮ ਸਾਡਾ ਹੋਊਗਾ ਤਿੱਖੇ ਤੋਂ ਤਿੱਖਾ ਹੋਊਗਾ, ਅਸੀਂ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਾਂ ਪਹਿਲਾਂ ਤਾਂ ਵੀ, ਅਤੇ ਹੁਣ ਅੱਗੇ ਤੋਂ ਵੀ ਆਪਾਂ ਲੈਂਦੇ ਰਹਾਂਗੇ। ਇਹ ਕਿਸਾਨਾਂ ਨੂੰ ਖਰਾਬ ਕਰਨ ਵਾਸਤੇ ਆ ਜੀ। ਖਰਾਬ ਹੋਣਾ ਹੀ ਆ, ਹੁਣ ਇਹਨਾਂ ਨੇ ਜਾਰਾਂ ਨੂੰ ਕਹਿਤਾ ਵਾ, ਅਤੇ ਇੱਥੇ ਮੰਡੀਆਂ 'ਚ ਕੌਣ ਦਾ 11 ਦਿਨ ਰਲੂ? ਇੱਥੇ ਖਰਾਬ ਕਰਨ ਵਾਸਤੇ ਹੀ ਇਹਨਾਂ ਦਾ, ਇਹ ਸਾਰਾ ਸਰਕਾਰ ਦਾ ਕਸੂਰ ਆ, ਨਹੀਂ ਤਾਂ ਅੱਜ ਵੀ ਸ਼ੁਰੂ ਕਰ ਸਕਦੇ ਸਰਕਾਰੀ। ਕੀ ਸੋਚਦੇ ਜਿਹੜਾ ਕਿਸਾਨੀ ਅੰਦੋਲਨ ਚੱਲਣ ਡਿਆ ਉਹਨੂੰ ਲੈ ਕੇ ਦਬਾਅ ਨਹੀਂ ਬਣਾ ਰਹੀ ਸਰਕਾਰ? ਉਹਨੂੰ ਵੀ ਬਣਾਉਣ ਡਈ ਹੈਗੇ। ਕੀ ਕਹਿਣਾ ਚਾਹੁੰਦੇ ਹੋ ਸਰ ਕੇਂਦਰ? ਵੀ ਇਹ ਚਾਹੀਦਾ ਵੀ ਇਹ ਸਰਕਾਰ ਨੂੰ ਚਾਹੀਦਾ ਅੱਜ ਚਾਲੂ ਕਰਨੀ ਸਰਕਾਰੀ।